ਰਾਸ਼ਟਰੀ ਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਜਰਮਨੀ 'ਚ ਸੜਕਾਂ ਤੇ ਹਜ਼ਾਰਾਂ ਕਿਸਾਨ ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦਿਓ ਭਾਰਤ 'ਚ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਕਈ ਮਹੀਨਿਆਂ ਤੋਂ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ ਪਾਰ ਦੇ ਇਨਾ ਕਿਸਾਨਾਂ ਦੀ ਰਾਹਾਂ ਹੀ ਹੁਣ ਇੱਥੇ ਹਜ਼ਾਰਾਂ ਕਿਲੋਮੀਟਰ ਦੂਰ ਜਮੇ ਦੇ ਕਿਸਾਨ ਵੀ ਤੁਰ ਪਏ ਹਨ ਜਿੱਥੇ ਪਾਰ ਦੇ ਕਿਸਾਨਾਂ ਵੱਲੋਂ ਨਵੇਂ ਖੇਤੀ ਕਾਨੂੰਨਾਂ ਖਿਲਾਫ ਆਪਣਾ ਵਿਰੋਧ ਦਰਜ ਕਰਮੌਣ ਲਈ ਟਰੈਕਟਰ ਰੈਲੀਆਂ ਕੱਢੀਆਂ ਜਾ ਰਹੀਆਂ ਹਨ ਅੋਥੀ ਜਰਮਨੀ ਦੇ ਕਿਸਾਨਾਂ ਵੱਲੋਂ ਵੀ ਇੱਕ ਟਰੈਕਟਰ ਰੈਲੀ ਦਾ ਆਯੋਜਨ ਕੀਤਾ ਗਿਆ ਇਹ ਰੈਲੀ ਭਾਰ ਦੇ ਕਿਸਾਨਾਂ ਦੇ ਸਮਰਥਨ ਚ ਨਹੀਂ ਸਗੁ ਜਰਮਨੀ ਦੀ ਸਰਕਾਰ ਵੱਲੋਂ پاس ਕੀਤੇ ਗਏ ਨਵੇਂ ਕਾਨੂੰਨ ਦੇ ਖਿਲਾਫ ਕੱਢੀ ਗਈ ਦਰਅਸਲ ਜਰਮਨੀ ਦੀ ਸਰਕਾਰ ਵੱਲੋਂ ਨਵੇਂ ਵਾਤਾਵਰਣ ਨਿਯਮ ਲਿਆਂਦੇ ਗਏ ਜਿਸ ਤੋਂ ਪਰੇਸ਼ਾਨ ਹੋ ਕੇ ਕਿਸਾਨਾਂ ਵੱਲੋਂ ਟਰੈਕਟਰ ਰੈਲੀ ਕੱਢਣ ਦਾ ਫੈਸਲਾ ਲਿਆ ਗਿਆ ਜਰਮਨੀ ਦੇ ਕਿਸਾਨਾਂ ਨੂੰ ਸੁਪਰ ਮਾਰਕੀਟ ਰਿਕਸ ਅਤੇ ਫੂਡ ਇੰਡਸਟਰੀ ਉੱਤੇ ਨਿਰਭਰ ਹੋਣਾ ਪੈਂਦਾ ਹੈ ਅਜਿਹਾ ਇਸ ਲਈ ਕਿਉਂਕਿ ਜਦੋਂ ਰੀਅਲ ਟਰਸ ਕੀਮਤਾ ਦੀ ਕਮੀ ਕਰਦੇ ਹਨ ਤਾਂ ਉਹਨਾਂ ਕੋਲ ਬੇहद ਘੱਟ ਸਹਾਰਾ ਹੁੰਦਾ ਹੈ ਸਮਾਜਿਕ ਤੌਰ ਤੇ ਇਸ ਦੇ ਨਤੀਜੇ ਬੁਰੇ ਹੋ ਸਕਦੇ ਹਨ ਪ੍ਰਦਰਸ਼ਨ ਕਰਨ ਵਾਲੇ ਜਿੱਥੇ ਬੰਦੀਆ ਦੇ ਮੁਤਾਬਿਕ ਜਰਮਨੀ ਦੇ ਕਿਸਾਨ ਸਿਰਫ 24000 ਡਾਲਰ ਹੀ ਕਮਾ ਪਾਉਂਦੇ ਹਨ ਉਥੇ ਆਤੋਵੱਧ ਕਿਸਾਨਾਂ ਨੂੰ ਬੀਤੇ ਸਾਲਾਂ ਦੌਰਾਨ ਆਪਣਾ ਬਿਜ਼ਨਸ ਬੰਦ ਕਰਨਾ ਪਿਆ ਕਿਸਾਨਾਂ ਦੇ ਮੁਤਾਬਿਕ ਸਰਕਾਰ ਵੱਲੋਂ ਖਾਦ ਦਾ ਪ੍ਰਯੋਗ ਅਤੇ ਕੀਟਾਨਾਸ਼ਕਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਕਿਸਾਨਾਂ ਦੇ ਮੁਤਾਬਿਕ ਹਾਲ ਹੀ ਦੇ ਸਾਲਾਂ ਚ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਦੀ ਆਬਾਦੀ ਜਲਮੀ ਚ ਵੱਧ ਗਈ ਹੈ ਪਾਣੀ ਚ ਵੀ ਨਾਈਟ੍ਰੋਡ ਦਾ ਪੱਧਰ ਵੱਧ ਗਿਆ ਹੈ ਇਸ ਦੇ ਬਾਵਜੂਦ ਬੀਤੇ ਸਾਲ ਖੇਤੀ ਮੰਤਰੀ ਜੂਲੀਆ ਕਾਲਨਰ ਅਤੇ ਵਾਤਾਵਰਣ ਮੰਤਰੀ ਸਵੇਜਾ ਸੁਲਜੇ ਨੇ ਜੋ ਉਪਾਅ ਲਾਗੂ ਕੀਤੇ ਹਨ ਉਹਨਾਂ ਲਈ ਕਿਸਾਨਾਂ ਨਾਲ ਕੋਈ ਸਲਾਹ ਨਹੀਂ ਕੀਤੀ ਕਿਸਾਨਾਂ ਦਾ ਦੋਸ਼ ਹੈ ਕਿ ਇਹਨਾਂ ਉਪਾਵਾਂ ਨੂੰ ਦੇਸ਼ ਅੰਦਰ ਲਾਗੂ ਕੀਤਾ ਗਿਆ ਤਾਂ ਜੋ ਕਿਸਾਨਾਂ ਨੂੰ ਬਿਜ਼ਨਸ ਤੋਂ ਬਾਹਰ ਕੀਤਾ ਗਿਆ ਕਿਸਾਨਾਂ ਦੀ ਮੰਗ ਹੈ ਕਿ ਦੇਸ਼ ਚ ਕੀੜਿਆਂ ਦੀ ਆਬਾਦੀ ਜਿਵੇਂ ਕਿਵੇਂ ਘਟ ਕੀਤੀ ਜਾਵੇ ਇਸ ਗੱਲ ਉੱਤੇ ਸਟੱਡੀ ਹੋਣੀ ਚਾਹੀਦੀ ਹੈ ਇਸ ਦੇ ਤਹਿਤ ਖੇਤੀ ਤੋਂ ਇਲਾਵਾ ਦੂਜੇ ਸੰਭਾਵਨਾ ਸੰਭਾਵਤ ਕਾਰਨ ਜਿਵੇਂ ਟੈਲੀਕਮਿਊਨੀਕੇਸ਼ਨ ਇਹ ਇਨਫਰਾਸਟ੍ਰਕਚਰ LED ਲਾਈਟਿੰਗ ਅਤੇ ਮੌਸਮ ਦੇ ਬਦਲੇ ਪੈਟਰਨ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਕਿਸਾਨਾਂ ਦਾ ਮੰਨਣਾ ਹੈ ਕਿ ਖੇਤੀ ਖੇਤਰ ਚ ਚੁਣੌਤੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਇਹਨਾਂ ਨੂੰ ਸਮਝਉਣ ਲਈ ਗੱਲਬਾਤ ਕਰਨੀ ਬੇहद ਜ਼ਰੂਰੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਧੰਨਵਾਦ